ਜੀ ਮੈਂ ਤੁਹਾਡਾ ਗਾਣੇ ਦਾ ਬਹੁਤ ਵੱਡਾ ਫੈਨ ਆ ਰੋਈਨਾ ਦਾ ਪਲੀਜ਼। ਅੱਛਾ ਫਿਰ ਮੈਂ ਕਹੂੰਗਾ ਮੈਂ ਗਾਊਂਗਾ ਫਿਰ ਤੂੰ ਰੋਈਨਾ। ਮਤਲਬ ਮੈਨੂੰ ਐਂ ਲੱਗਦਾ ਹੁੰਦਾ ਵੀ ਮੇਰੀ ਜਿੱਥੇ ਲੋੜ ਆ ਜਿੱਥੇ ਲੱਗਦਾ ਵੀ ਮੇਰੀ ਟੀਮ ਨੂੰ ਵੀ ਮੈਨੂੰ ਕੈਪਟਨ ਬਣਾਉਣਾ ਚਾਹੀਦਾ ਉੱਥੇ ਮੈਨੂੰ ਜਗ੍ਹਾ ਮਿਲੀ ਆ। ਔਰ ਮੈਂ ਨਹੀਂ ਮੰਨਦਾ ਵੀ ਪੋਸਟਰ ਦੇ ਫੋਟੋ ਅੱਗੇ ਆ ਫੋਟੋ ਦੇ ਪੋਸਟਰ ਦੇ ਫੋਟੋ ਪਿੱਛੇ ਆ ਉਹ ਮੈਟਰ ਨਹੀਂ ਕਰਦਾ। ਸੋ ਆਪਣੇ ਕੰਮ 'ਤੇ ਯਕੀਨ ਰੱਖੋ ਫੋਟੋਆਂ 'ਤੇ ਪੋਸਟਰਾਂ 'ਤੇ ਯਕੀਨ ਰੱਖੋ। ਅੱਜ ਮੈਨੂੰ ਇਹ ਲੱਗਦਾ ਵੀ ਸਾਡੀ ਕੈਪਟਨ ਸੋਨਮ ਨੂੰ ਬਣਨਾ ਚਾਹੀਦਾ ਅਤੇ ਉਹ ਬਣ ਰਹੀ ਹੈ ਸਾਡਾ ਕੰਮ ਸਾਥ ਦੇਣਾ। ਮੇਰੀ ਜਿੱਥੇ ਲੋੜ ਆ ਮੈਂ ਉੱਥੇ ਬਿਲਕੁਲ ਲੱਗੇ ਹਾਂ। ਕੁੜੀ ਆ ਵੀ ਡਾਂਗ ਮਾਰ ਰਹੀ ਆ ਸਿੱਟ ਰਹੀ ਆ ਉਹਦੀ ਕੰਪਨੀ 'ਚ ਉਹੀ ਕੁੜੀ ਜਿਹਨੇ ਜਿਹੜਾ ਉਹ ਮੁੰਡੇ ਦਾ ਕਟਾਪਾ ਕਰਕੇ ਦੇਖ ਕੇ ਆਉਂਦਾ ਹੁੰਦਾ ਰਾਹ 'ਚ ਉਹੀ ਉਹਦੀ ਕੰਪਨੀ 'ਚ ਆ ਜਾਂਦਾ। ਉਹ ਜਿਹੜਾ ਮਸਾਲਾ ਵਾ ਉਹਦਾ ਸਵਾਦ ਆ ਬੇਸਿਕਲੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕੌਸ਼ਲ ਭਵਨੀਤ ਹੈ ਅਤੇ ਅੱਜ ਮੈਂ ਆ ਰਿਹਾ ਨਿੰਜਾ ਭਾਅ ਜੀ ਨੂੰ ਤੁਹਾਡੇ ਸਾਹਮਣੇ ਮਤਲਬ ਕਹਿੰਦੇ ਵੀ ਮਿਲਾਉਣ ਜਾ ਰਿਹਾ ਕਿਉਂਕਿ ਮੈਂ ਹਜੇ ਨਵਾਂ ਨਵਾਂ ਹੀ EVP ਸਾਂਝਾ ਜੁਆਇਨ ਕੀਤਾ। ਸੋ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਵਨੀਤ। ਪਤਲਾ ਕਿਵੇਂ ਹੋ ਗਿਆ ਨਾ ਤੂੰ? ਤੁਹਾਨੂੰ ਦੇਖ ਦੇਖ ਕੇ ਫੋਲੋ ਕਰਦਾ ਰਿਹਾ ਅਤੇ ਮੈਂ ਮਤਲਬ ਜਿਹੜੇ ਤੁਸੀਂ ਐਪਸ ਵਾਲੀ ਫੋਟੋ ਪਾਈ ਸੀ ਉਹ ਤੋਂ ਮੈਂ ਬਹੁਤ ਇੰਸਪਾਇਰ ਹੋਇਆ ਅਤੇ ਮੈਂ ਤਾਂ ਅਜੇ ਨੇ ਮਤਲਬ ਅਸੀਂ ਇਹ ਸੋਚਿਆ ਵੀ ਹਾਂ ਯਾਰ ਦੋ ਲਾਈਨਾਂ ਵੀ ਹੋ ਜਾਣ ਇਹਨਾਂ ਤੋਂ। ਭਾਅ ਜੀ ਮੈਂ ਤੁਹਾਡਾ ਗਾਣੇ ਦਾ ਬਹੁਤ ਵੱਡਾ ਫੈਨ ਆ ਰੋਈਨਾ ਦਾ ਪਲੀਜ਼। ਅੱਛਾ ਫਿਰ ਮੈਂ ਕਹੂੰਗਾ ਮੈਂ ਗਾਊਂਗਾ ਫਿਰ ਤੂੰ ਰੋਈਨਾ। ਵੈਲ ਮੇਰੇ ਨਾਲ ਨਿੰਜਾ ਅਤੇ ਅਜੇ ਸਰਕਾਰੀ, ਵੈਲਕਮ ਟੂ ABP। ਥੈਂਕ ਯੂ ਭਾਅ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਭਾਅ ਜੀ ਅਗੇਨ। ਬਹੁਤ ਮਜ਼ਾ। ਮੈਂ ਕਹਿ ਸਕਦਾ ਕਿ ਮੈਂ ਨਾ ਪੁੱਛਣ ਵਾਲਾ ਸੀਗਾ ਜਿਹੜੀ ਗੱਲ ਉਹੀ ਨਾ ਨਾ ਇੱਦਾਂ ਲੁਕੋਤੀ। ਮੈਂ ਕਿਹਾ ਨਿੰਜਾ ਭਾਅ ਜੀ ਮੂਡ ਕਿਉਂ ਖਰਾਬ ਹੈ ਅੱਜ? ਕਈ ਵਾਰ ਮੈਂ ਦੇਖਿਆ ਬੜੇ ਮੂਡ ਸਵਿੰਗਸ ਹੈਗੇ ਨੇ ਤੁਹਾਡੇ, ਹੈ ਨਾ? ਮੂਡ ਸਵਿੰਗ ਨੇ ਐਸ ਸੱਚ ਇੱਦਾਂ ਤਾਂ ਨਹੀਂ ਕੋਈ ਗੱਲ ਹੈਗੀ। ਸੋ ਯਾਰ ਥੋੜ੍ਹਾ ਜਿਹਾ ਬਸ ਨਾ ਮੈਂ ਥੋੜ੍ਹਾ ਬਿਮਾਰ ਜਿਹਾ ਚੱਲ ਰਿਹਾ ਥੋੜ੍ਹੇ 2-4-5 ਦਿਨਾਂ ਤੋਂ, ਕਿਉਂਕਿ ਇੱਕ ਵਰਕਆਊਟ ਵੀ ਟ੍ਰੇਨਿੰਗ ਬਹੁਤ ਹਾਰਡ ਸ਼ੁਰੂ ਹੋਈ ਹੋਈ ਆ, ਉਹ ਤੋਂ ਬਾਅਦ ਟਰੈਵਲ ਸ਼ੋਜ਼ ਇੰਟਰਵਿਊਜ਼ ਔਰ ਸਟੂਡੀਓ ਤੋਂ ਸੋ ਸਾਰਾ ਚੀਜ਼ਾਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਹੋ ਜਾਂਦਾ, ਪਰ ਹਾਂ ਆਮ ਓਕੇ ਨਾਓ ਚੱਲਦੇ ਹਾਂ। ਮਾੜੇ ਮੋਟਿਆਰਾਂ ਦੀ ਤਿਆਰੀ ਹੈਗੀ ਹੈ ਅਜੇ, ਪ੍ਰੋਡਕਸ਼ਨ ਡੈਬਿਊ, ਐਕਟਿੰਗ ਡੈਬਿਊ, ਸਾਰਾ ਕੁਝ ਇਕੱਠਾ ਹੋ ਗਿਆ ਹੈ ਨਾ? ਤਾਂ ਇਹ ਹੁਣ ਕਿਹੋ ਜਿਹਾ ਲੱਗ ਰਿਹਾ ਸਭ ਤੋਂ ਪਹਿਲਾਂ, ਕਿਉਂਕਿ ਪ੍ਰਮੋਸ਼ਨ ਪਹਿਲੀ ਵਾਰੀ ਜ਼ਿੰਦਗੀ 'ਚ ਕਰ ਰਹੇ ਹੋਵੋਗੇ, ਉਹ ਵੀ ਐਜ਼ ਏ ਐਕਟਰ, ਹੈ ਨਾ? ਹਾਂਜੀ ਹਾਂਜੀ ਬਿਲਕੁਲ ਜੀ, ਮੇਰੇ ਲਈ ਸਾਰਾ ਕੁਝ ਨਵਾਂ ਹੈ। ਮੈਂ ਉਹ ਓਨਾ ਹੀ ਨਵਾਂ ਜਿੱਦਾਂ ਮੈਂ ਫਸਟ ਟਾਈਮ ਸ਼ੋਟ ਦਿੱਤਾ ਸੀਗਾ ਆਪਣੇ ਇਸ ਮੂਵੀ 'ਚ, ਅਤੇ ਉਹ ਐਕਸਾਈਟਮੈਂਟ ਬਹੁਤ ਹੈ ਜੀ। ਮੈਂ ਬਸ ਸਿੱਖ ਹੀ ਰਿਹਾ ਹਜੇ, ਮੈਨੂੰ ਥੋੜ੍ਹਾ ਜਿਹਾ ਔਕਵਰਡ ਲੱਗਦਾ ਕਿਉਂਕਿ ਯੂਜ਼ ਟੂ ਨਹੀਂ ਹੈਗਾ, ਅਤੇ ਪਰ ਹੌਲੀ ਹੌਲੀ ਹੋ ਜਾਵਾਂਗੇ। ਤੁਹਾਡੀ ਫਿਲਮ ਨੇ ਟ੍ਰੇਲਰ ਨੇ ਬੜੀ ਵਾਹ ਵਾਹ ਲੁੱਟੀ ਹੈ ਨਾ, ਕਿਉਂਕਿ ਹਰ ਪਾਸੇ ਚਰਚਾ ਹੋਈ, ਕਿਉਂਕਿ ਕਿਰਦਾਰ ਨਾ ਆਪਣੇ ਆਪ 'ਚ ਹਰ ਕੋਈ ਆਪਣੀ ਕਹਾਣੀ ਕਹਿੰਦਾ। ਖਾਸ ਕਰ ਸੋਨਮ ਦਾ ਕਿਰਦਾਰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਕਿਉਂਕਿ ਉਸਨੂੰ ਇਸ ਤਰ੍ਹਾਂ ਨਾਲ ਹਾਈਲਾਈਟਡ ਹੈਗਾ, ਉਹ ਬਹੁਤ ਪਸੰਦ ਕੀਤਾ ਗਿਆ। ਤਾਂ ਲਾਈਕ ਤੁਹਾਨੂੰ ਕਿਹੋ ਜਿਹਾ ਰਿਸਪੋਂਸ ਆਇਆ ਇਸ ਫਿਲਮ ਦੇ ਟ੍ਰੇਲਰ ਤੋਂ ਬਾਅਦ? ਦੇਖੋ ਮੈਨੂੰ ਨਾ ਪਹਿਲਾਂ ਵੀ ਹੁਣ ਜਦੋਂ ਮੈਂ ਇੱਕ ਇੰਟਰਵਿਊ ਦੇ ਕੇ ਹਟਿਆ ਵੀ ਮੈਨੂੰ ਸਵਾਲ ਹੋਇਆ ਵੀ ਤੁਸੀਂ ਮੈਨੂੰ ਮਤਲਬ ਇਸ ਗੱਲ ਦੀ ਮਤਲਬ ਬਹੁਤ ਹੈਰਾਨਗੀ ਹੋਈ, ਕਿਉਂ ਮਤਲਬ ਆਪਾਂ ਕਿਉਂ ਇਹ ਚੀਜ਼ ਇੱਦਾਂ ਸੋਚਦੇ ਹਾਂ ਵੀ ਕਹਿੰਦੇ ਵੀ ਇਹ ਫਿਲਮ ਸਾਰੀ ਸੋਨਮ ਦੇ ਅਤੇ ਕੁੜੀਆਂ 'ਤੇ ਆ ਬੇਸਿਕਲੀ, ਤੁਹਾਨੂੰ ਕਿੱਦਾਂ ਲੱਗ ਰਿਹਾ, ਤੁਹਾਨੂੰ ਇਨਸਿਕਿਉਰਿਟੀ ਤਾਂ ਨਹੀਂ ਲੱਗ ਰਹੀ ਵੀ ਤੁਸੀਂ ਇੱਦਾਂ? ਮੈਂ ਕਿਹਾ ਦੇਖੋ ਇੱਕ ਟੀਮ ਵਰਕ ਹੁੰਦਾ ਨਾ ਜਿਹੜਾ, ਉਹਦੇ ਲਈ ਇੱਕ ਕੈਪਟਨ ਚੂਜ਼ ਕਰਦੀ ਆ ਹਮੇਸ਼ਾ ਇੱਕ ਮੈਨੇਜਮੈਂਟ, ਉਹ ਕੈਪਟਨ ਦੇ ਉੱਤੇ ਬਹੁਤ ਸਾਰੀ ਜ਼ਿੰਮੇਦਾਰੀਆਂ ਹੁੰਦੀਆਂ ਨੇ। ਮੈਂ ਅੱਜ 8ਵੀਂ 9ਵੀਂ ਫਿਲਮ ਸ਼ੂਟ ਕਰਕੇ ਮਤਲਬ ਮੇਰੀ 4ਥੀ ਫਿਲਮ ਰਿਲੀਜ਼ 'ਤੇ ਆ, ਪਰ ਮੈਂ 8-9 ਫਿਲਮਾਂ ਸ਼ੂਟ ਕਰ ਚੁੱਕਾ। ਮਤਲਬ ਮੈਨੂੰ ਐਂ ਲੱਗਦਾ ਹੁੰਦਾ ਵੀ ਮੇਰੀ ਜਿੱਥੇ ਲੋੜ ਆ ਜਿੱਥੇ ਲੱਗਦਾ ਵੀ ਮੇਰੀ ਟੀਮ ਨੂੰ ਵੀ ਮੈਨੂੰ ਕੈਪਟਨ ਬਣਾਉਣਾ ਚਾਹੀਦਾ ਉੱਥੇ ਮੈਨੂੰ ਜਗ੍ਹਾ ਮਿਲੀ ਆ। ਅੱਜ ਮੈਨੂੰ ਇਹ ਲੱਗਦਾ ਵੀ ਸਾਡੀ ਕੈਪਟਨ ਸੋਨਮ ਨੂੰ ਬਣਨਾ ਚਾਹੀਦਾ ਅਤੇ ਉਹ ਬਣ ਰਹੀ ਹੈ ਸਾਡਾ ਕੰਮ ਸਾਥ ਦੇਣਾ। ਇਹ ਜਿਹੜਾ ਇੱਕ ਦੌਰ ਆ ਔਰ ਜਿਹੜਾ ਇਹ ਸਮਾਂ ਵਾ ਇਹਦੇ ਵਿੱਚ ਤੁਹਾਨੂੰ ਇੱਕ ਜਿਵੇਂ ਮੈਂ ਹਮੇਸ਼ਾ ਗੱਲ ਕਰਦਾ ਨਾ, ਸਪੋਰਟਸਮੈਨਸ਼ਿਪ ਹਮੇਸ਼ਾ ਗੇਮ ਤੋਂ ਹੀ ਬਣਦੀ ਆ, ਔਰ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਫੇਸ ਕਰਦੇ ਹੋ ਔਰ ਸਾਥ ਦਿੰਦੇ ਹੋ ਔਰ ਸਪੋਰਟ ਕਰਦੇ ਹੋ ਔਰ ਉਹਦੀ ਐਂਡ ਆਫ ਦਾ ਡੇ ਸਾਡਾ ਕੰਟੈਂਟ ਪ੍ਰਮੋਟ ਹੋਣਾ ਚਾਹੀਦਾ, ਚਾਹੇ ਕੈਪਟਨ ਕੋਈ ਵੀ ਹੋਵੇ। ਜੇ ਅੱਜ ਅਸੀਂ ਕਿਸੇ ਟੀਮ ਦੇ ਅਗੇਂਸਟ ਖੇਡਦੇ ਹਾਂ, ਸਾਡੀ ਟੀਮ ਸਾਡਾ ਅਸੀਂ ਜਿਹਦੇ ਲਈ ਖੇਡ ਰਹੇ ਹਾਂ ਉਹ ਪ੍ਰਮੋਟ ਹੋਣਾ ਚਾਹੀਦਾ, ਸਾਡਾ ਮੇਨ ਇਹ ਆ। ਔਰ ਮੈਂ ਨਹੀਂ ਮੰਨਦਾ ਵੀ ਪੋਸਟਰ ਦੇ ਫੋਟੋ ਅੱਗੇ ਆ, ਫੋਟੋ ਦੇ ਪੋਸਟਰ ਦੇ ਫੋਟੋ ਪਿੱਛੇ ਆ, ਉਹ ਮੈਟਰ ਨਹੀਂ ਕਰਦਾ। ਆਫਟਰਆਲ ਅਸੀਂ ਜਿਹੜਾ ਕੰਮ ਕੀਤਾ ਉਹ ਦੁਨੀਆ ਪਸੰਦ ਕਰ ਰਹੀ ਆ, ਮੇਰਾ ਨਾਮ ਨਾਲ ਜੁੜਿਆ ਹੋਇਆ, ਇੰਨੀ ਚੀਜ਼ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ। ਅਤੇ ਅਜੇ ਵੈਸੇ ਮੈਂ ਇਹ ਗੱਲ ਹਮੇਸ਼ਾ ਮੇਰਾ ਬਹੁਤ ਚੰਗਾ ਐਕਸਪੀਰੀਅੰਸ ਹੋਇਆ ਇਸ ਚੀਜ਼ ਤੋਂ। ਕਈ ਵਾਰ ਜਦੋਂ ਸ਼ੋਜ਼ ਦੇ ਉੱਤੇ ਨਾ ਮੈਂ ਬਹੁਤ ਜਣਿਆਂ ਨੂੰ ਦੇਖਿਆ ਵੀ ਸਾਡੀ ਫੋਟੋ ਇੰਨੀ ਲਾਤੀ, ਬਟ ਫਲਾਨੇ ਦੀ ਐਡੀ ਲਾਤੀ। ਆਫਟਰਆਲ ਐਂਡ 'ਤੇ ਕੰਮ ਨੇ ਬੋਲਣਾ, ਸਟੇਜ 'ਤੇ ਫੋਟੋ ਨਹੀਂ ਚੱਲਣੀ, ਛੋਟੀ ਫੋਟੋ ਵਾਲੇ ਨੂੰ ਵੀ ਸੁਣਨਾ, ਵੱਡੀ ਫੋਟੋ ਵਾਲੇ ਨੂੰ ਵੀ ਸੁਣਨਾ। ਸੋ ਆਪਣੇ ਕੰਮ 'ਤੇ ਯਕੀਨ ਰੱਖੋ, ਫੋਟੋਆਂ 'ਤੇ ਪੋਸਟਰਾਂ 'ਤੇ ਯਕੀਨ ਰੱਖੋ। ਅਤੇ ਔਰ ਮੈਂ ਫੋਟੋ ਵਾਲੀ ਗੱਲ ਕਹਿ ਰਿਹਾ ਸੀਗਾ, ਖਾਸ ਕਰਕੇ ਐਕਟ੍ਰੈਸਿਸ ਵਾਸਤੇ ਬਹੁਤ ਵੱਡੀ ਜਰਨੀ ਹੁੰਦੀ ਹੈ ਇੱਕ ਐਸਾ ਕਿਰਦਾਰ ਕ੍ਰੀਏਟ ਕਰਨਾ। ਮੈਂ ਇਸ ਕਰਕੇ ਸੋਨਮ ਦੀ ਤਾਰੀਫ ਵੀ ਕੀਤੀ, ਮੈਂ ਕਿਹਾ ਤੁਹਾਡੀ ਮਿਹਨਤ ਦਾ ਸਦਕਾ ਤੁਸੀਂ ਅੱਜ ਪੋਸਟਰ ਦੇ ਅੱਗੇ ਖੜ੍ਹੇ ਹੋ, ਹੈ ਨਾ? ਤਾਂ ਉਸ ਚੀਜ਼ ਦੀ ਤਾਰੀਫ ਬਣ ਜਿਹੜੀ ਚੀਜ਼ ਦੇਖੋ ਕੈਪਟਨ ਇਹ ਹੁਣ ਦੇਖੋ ਕਿਹੜੀ ਚੀਜ਼ ਆਪਾਂ ਕਿੱਦਾਂ ਬੇਸਿਕਲੀ ਕੰਸਿਡਰ ਕਰ ਰਹੇ ਹਾਂ।
ਮੇਰੀ ਜਿੱਥੇ ਲੋੜ ਆ ਮੈਂ ਉੱਥੇ ਬਿਲਕੁਲ ਲੱਗੇ ਹਾਂ। ਮੈਨੂੰ ਪਤਾ ਵਾ ਵੀ ਮੈਂ ਇਕੱਲਾ ਸਾਰਾ ਕੁਛ ਨਹੀਂ ਕਰ ਸਕਦਾ, ਜਾਂ ਅਸੀਂ ਟੀਮ ਵਰਕ ਆ ਸਾਰਾ ਕੁਛ ਕਰ ਸਕਦੀ, ਇਕੱਲਾ ਗੱਲਾਂ ਕਰਨੀਆਂ ਵੀ ਅਸੀਂ ਟੀਮ ਵਰਕ ਕਰਦੇ ਹਾਂ। ਇਹਨਾਂ ਚੀਜ਼ਾਂ ਤੋਂ ਟੀਮ ਵਰਕ ਦਾ ਪਤਾ ਲੱਗਦਾ ਵੀ ਕੌਣ ਕਿਹੜਾ ਕਿੰਨਾ ਸਾਥ ਦੇ ਰਿਹਾ। ਸੋ ਮੈਨੂੰ ਜੇ ਮੌਕਾ ਮਿਲਿਆ ਤਾਂ ਮੈਂ ਇਹ ਮੇਰੇ ਕੰਟੈਂਟ ਨੂੰ, ਮੇਰੇ ਕਿਰਦਾਰ ਨੂੰ, ਮੇਰੀ ਫਿਲਮ ਨੂੰ, ਮੇਰੀ ਸਾਰੀ ਸਟਾਰਕਾਸਟ ਨੂੰ ਇੱਕ ਸਪੋਰਟ ਆ ਉਹ ਜਿਹੜੀ ਮੈਂ 100% ਦਿਲ ਖੋਲ੍ਹ ਕੇ ਕਰੂੰਗਾ। ਔਰ ਮੈਂ ਹੋਰਾਂ ਨੂੰ ਵੀ ਕਹੂੰਗਾ ਵੀ ਇਹ ਚੀਜ਼ ਜ਼ਰੂਰ ਕਰਿਆ ਕਰਨ, ਇਸ ਚੀਜ਼ਾਂ ਦੇ ਵਿੱਚ ਕੁਛ ਨਹੀਂ ਰੱਖਿਆ, ਕੰਮ 'ਤੇ ਯਕੀਨ ਰੱਖੋ। ਜਦ ਆਪਾਂ ਸ਼ੁਰੂ ਕਰਦੇ ਹਾਂ ਨਾ, ਇੱਕ ਬਹੁਤ ਸਾਰੀ ਨਾ ਚੀਜ਼ਾਂ ਦਿਮਾਗ ਦੇ ਵਿੱਚ ਹੁੰਦੀਆਂ ਨੇ ਕਿ ਯਾਰ ਕਿਹੋ ਜਿਹਾ ਸਟਾਰਟ ਹੋਊਗਾ, ਕਿਹੋ ਜਿਹਾ ਹੋਊਗਾ। ਯੂ ਹੈਵ ਸੋਨਮ ਬਾਜਵਾ, ਨਿੰਜਾ, ਜਿਹੜੇ ਆਪਣੇ ਆਪਣੇ ਜਿਹੜੇ ਜੋਨਰ ਦੇ ਵਿੱਚ ਨਾ ਕਮਾਲ ਨੇ, ਠੀਕ ਹੈ। ਨਿੰਜਾ ਸਿੰਗਿੰਗ ਦੇ ਮਾਮਲੇ ਦੇ ਵਿੱਚ ਛਾਏ ਹੋਏ ਨੇ, ਕਿਉਂਕਿ ਔਰ ਇਹਨਾਂ ਨੂੰ ਪਤਾ ਕਿ ਮੈਂ ਆਪਣੀ ਆਡੀਅੰਸ ਕਿਵੇਂ ਖਿੱਚਣੀ ਹੈ। ਸੋਨਮ ਨੇ ਡਿਵੈਲਪ ਕਰਕੇ ਅੱਜ ਉਹਨਾਂ ਦਾ ਕਿਰਦਾਰ ਜਿਹੜਾ ਹੈਗਾ। ਜਦ ਆਪਾਂ ਇੰਨੇ ਸਟਰੋਂਗ ਜਿਹੜੇ ਐਕਟਰਸ ਦੇ ਵਿੱਚ ਹੁੰਦੇ ਹਾਂ ਤਾਂ ਸਿੱਖਣ ਨੂੰ ਤਾਂ ਮਿਲਦਾ, ਬਟ ਕਿੰਨਾ ਕੁ ਨਰਵਸ ਹੁੰਦਾ ਬੰਦਾ? ਨਰਵਸ ਨੈਚੁਰਲੀ ਬਹੁਤ ਹੁੰਦਾ ਜੀ। ਮੈਂ ਇਹਨਾਂ ਨੂੰ ਹਜੇ ਦੇਖਿਆ ਹੀ ਸਿਰਫ ਸਕਰੀਨ 'ਤੇ ਸੀਗਾ, ਮੈਂ ਪਹਿਲੀ ਵਾਰੀ ਲਾਈਫ 'ਚ ਇਹਨਾਂ ਨੂੰ ਮਿਲਿਆ ਸੈੱਟ 'ਤੇ ਹਾਂ। ਤੋ ਜਦੋਂ ਇਹ ਤੁਰ ਕੇ ਵੀ ਆਏ, ਹੁਣ ਭਾਜੀ ਵੀ ਜਦੋਂ ਹਜੇ ਮੇਰਾ ਇਹਨਾਂ ਨਾਲ ਸੀਨ ਨਹੀਂ ਸੀਗਾ, ਮੈਂ ਸੈੱਟ 'ਤੇ ਸੀ ਉਸ ਦਿਨ, ਇਹ ਪਹਿਲੇ ਦਿਨ ਤੁਰ ਕੇ ਆਏ ਅਤੇ ਇੱਕ ਔਰਾ ਜਿਹਾ ਹੋ ਬਣਿਆ ਹੁੰਦਾ ਅਤੇ ਮੈਂ ਤਾਂ ਇੱਦਾਂ ਹੀ ਹੈ ਦੇਖ ਰਿਹਾ ਨਾ। ਅਤੇ ਈਵਨ ਜਦੋਂ ਫਿਰ ਸੋਨਮ ਆਈ ਸੀਗੀ ਪਹਿਲੀ ਵਾਰੀ, ਉਹਨਾਂ ਨਾਲ ਮੇਰਾ ਸੀਨ ਸੀਗਾ, ਉਹ ਵੀ ਸੇਮ ਚੀਜ਼। ਮੈਂ ਮੈਨੂੰ ਤਾਂ ਐਂ ਲੱਗੀ ਜਾਂਦਾ ਜਿਵੇਂ ਮੈਂ ਮੂਵੀ ਵੇਖ ਰਿਹਾ ਹੁੰਦਾ। ਇਹਨਾਂ ਦੀ ਸਿੰਗਿੰਗ ਦਾ ਮੈਂ ਇੰਨਾ ਫੈਨ ਹਾਂ, ਮੈਂ ਇਹਨਾਂ ਨੂੰ ਕਦੀ ਲਾਈਵ ਸਾਹਮਣੇ ਨਹੀਂ ਸੀ ਕਦੀ ਵੀ ਦੇਖਿਆ, ਤੋ ਉਹਦੇ ਕਰਕੇ ਨਰਵਸਨੈਸ ਡਬਲ ਹੋ ਗਈ। ਇੱਕ ਤਾਂ ਪਹਿਲਾ ਚਾਂਸ ਮਿਲ ਰਿਹਾ ਤੁਹਾਨੂੰ, ਪਰ ਜਿੰਨੇ ਵੱਡੇ ਐਕਟਰ ਹੁੰਦੇ ਇਹਨਾਂ ਦੀ ਖਾਸੀਅਤ ਇਹ ਹੁੰਦੀ, ਇਹ ਜਿਹੜਾ ਨਵਾਂ ਬੰਦਾ ਹੁੰਦਾ ਨਾ, ਉਹਨੂੰ ਥੋੜ੍ਹਾ ਜਿਹਾ ਪਹਿਲਾਂ ਹੀ ਕੰਫਰਟੇਬਲ ਕਰ ਦਿੰਦੇ, ਕਿਉਂਕਿ ਕਿਤੇ ਕਿਤੇ ਆਪ ਵੀ ਉੱਥੋਂ ਨਿਕਲੇ ਹੁੰਦੇ। ਮੈਨੂੰ ਪਤਾ ਹੈਗਾ ਕਿ ਹਾਊ ਵੀ ਡੂ ਦੈਟ, ਕਿਉਂਕਿ ਇਹ ਡਾਇਰੈਕਟਰ ਨੂੰ ਵੀ ਖਾਸ ਕਰਕੇ ਕਹਿ ਰਹੇ ਜਿਹੜੇ ਨਵੇਂ ਡਾਇਰੈਕਟਰ ਹੁੰਦੇ ਨੇ। ਲਾਸਟ ਟਾਈਮ ਵੀ ਆਪਾਂ ਇਹ ਚੀਜ਼ ਡਿਸਕਸ ਕੀਤੀ ਸੀ, ਉਹ ਬਹੁਤ ਜ਼ਰੂਰੀ ਹੁੰਦੀ ਹੈ ਨਾ। ਪਤਾ ਕੀ ਹੈ, ਕਈ ਵਾਰੀ ਕੁਛ ਚੀਜ਼ਾਂ ਤੁਹਾਡੇ ਨਾਮ ਨਾਲ ਬਹੁਤ ਕੁਛ ਟਰੈਵਲ ਕਰਦਾ ਹੁੰਦਾ। ਅੱਜ ਭਵਨੀਤ ਕੌਸ਼ਲ JBP ਸਾਂਝਾ 'ਚ ਸਾਹਮਣੇ ਆ, ਅਤੇ ਇਹਦੇ ਨਾਮ ਨਾਲ ਸ਼ਾਇਦ ਕੁਛ ਨਾ ਕੁਛ XYZ ਵੀ ਨਾਲ ਟਰੈਵਲ ਕਰਦਾ ਹੋਵੇ। ਉਹ ਭਵਨੀਤ ਦੇ ਉੱਤੇ ਡਿਪੈਂਡ ਆ ਵੀ ਭਵਨੀਤ ਨੇ ਕਿੱਦਾਂ ਆਪਣੀ ਪ੍ਰੈਜੈਂਸ ਦੇ ਵਿੱਚ ਕਿਸੇ ਨੂੰ ਕਿੱਦਾਂ, ਮਤਲਬ ਇਹ ਨਹੀਂ ਕਿ ਆਪਾਂ ਇੰਪ੍ਰੈਸ ਕਰਨ ਨਾਲ ਨਹੀਂ ਕਹਿ ਸਕਦੇ, ਇਹਨੂੰ ਇਹ ਕਹਿ ਸਕਦੇ ਹਾਂ ਵੀ ਇੱਕ ਸਪੋਰਟ, ਇੱਕ ਮੋਰਲੀ ਸਪੋਰਟ ਬਹੁਤ ਜ਼ਰੂਰੀ ਹੈ। ਕਿਉਂਕਿ ਮੈਂ ਵੀ ਦੇਖੋ, ਮੈਂ ਇਹ ਜਿਹੜੀ ਪਹਿਲਾਂ ਵੀ ਜਿਹੜੀ ਮੈਂ ਗੱਲ ਕੀਤੀ ਆ ਵੀ ਟੀਮ ਦੇ ਵਿੱਚ ਸਪੋਰਟ ਕਰਨ ਦਾ ਰੀਜ਼ਨ ਕੀ ਆ, ਇੱਕ ਮੈਂ ਭੀੜ ਸੀਗਾ, ਅਤੇ ਭੀੜ 'ਚੋਂ ਚੌਦਾਂ ਦੇ ਵਿੱਚ ਆਉਣਾ, 14 ਤੋਂ 11 ਦੇ ਵਿੱਚ ਆਉਣਾ, 11 ਤੋਂ 5 'ਤੇ ਆਉਣਾ, 5 ਤੋਂ ਵਾਈਸ ਕੈਪਟਨ ਬਣਨਾ, ਔਰ ਕੈਪਟਨ ਤੋਂ ਕੈਪਟਨ ਬਣਨਾ, ਵਾਈਸ ਕੈਪਟਨ ਤੋਂ ਕੈਪਟਨ ਬਣਨਾ। ਸੋ ਇਹ ਇੱਕ ਬਹੁਤ ਲੰਬੀ ਜਰਨੀ ਆ, ਅਤੇ ਹਰ ਵਾਰੀ ਨਹੀਂ, ਮੈਨੂੰ ਨਹੀਂ ਲੱਗਦਾ ਵਾ ਵੀ ਉਹੀ ਉਹਦੀ ਸੋਚ, ਉਹਦਾ ਆਈਡੀਆ ਹੀ ਕੰਮ ਕਰੇ ਤੁਹਾਡੇ ਨਾਲ, ਤੁਹਾਨੂੰ ਨਾਲ ਕਿਸੇ ਦੇ ਨਾਲ ਵੀ, ਮਤਲਬ ਇੱਕ ਬਹੁਤ ਤਰੀਕੇ ਨਾਲ ਟਰੈਵਲ ਕਰਨਾ ਪੈਂਦਾ। ਕਿਉਂਕਿ ਹਰ ਇੱਕ ਕੰਸੈਪਟ ਦਾ, ਹਰ ਇੱਕ ਕੰਟੈਂਟ ਦਾ, ਹਰ ਇੱਕ ਸਬਜੈਕਟ ਦਾ ਆਪਣਾ ਇੱਕ ਰੋਲ ਹੈ। ਜਿੱਥੇ ਨਿੰਜੇ ਦੀ ਜ਼ਰੂਰਤ ਹੈ, ਨਿੰਜਾ ਬਿਲਕੁਲ ਸਾਹਮਣੇ ਆ, ਜਿੱਥੇ ਮੈਨੂੰ ਪਤਾ ਜਿੱਥੇ ਅਜੇ ਦੀ ਲੋੜ ਆ ਉੱਥੇ ਅਜੇ ਜੇ ਅੱਗੇ ਆ, ਅਤੇ ਮੈਂ ਜੇ ਪਿੱਛੇ ਹਾਂ, ਤਾਂ ਸਾਨੂੰ ਇੱਕ ਦੂਜੇ ਨੂੰ ਇਹ ਚਾਹੀਦਾ ਵੀ ਹਾਂ ਯਾਰ ਸਪੋਰਟ, ਵੀ ਅਜੇ ਨੂੰ ਕਿੱਦਾਂ ਅਸੀਂ ਕਰਨਾ ਵਾ, ਜਾਂ ਸੋਨਮ ਨੂੰ ਕਿੱਦਾਂ ਕਰਨਾ ਵਾ, ਜਾਂ ਕਿਸੇ ਨੂੰ ਕਿੱਦਾਂ ਕਰਨਾ। ਕਿਉਂਕਿ ਮੇਰੀ ਇਸੇ 3 ਮਹੀਨਿਆਂ ਦੇ ਵਿੱਚ 3 ਫਿਲਮਾਂ ਰਿਲੀਜ਼ 'ਤੇ ਨੇ, ਜਿਵੇਂ ਪਹਿਲੀ ਦੂਰਬੀਨ ਹੋਈ, ਦੂਜੀ ਅੜਬ ਮੁਟਿਆਰਾਂ, ਤੀਜੀ ਜ਼ਿੰਦਗੀ ਜਿੰਦਾ ਵਾ। ਔਰ ਇੰਨਾ ਕੰਮ ਕਰਨ ਤੋਂ ਬਾਅਦ, ਔਰ ਇੰਨਾ ਟੀਮ ਵਰਕ ਕਰਨ ਤੋਂ ਬਾਅਦ, ਇਹ ਚੀਜ਼ ਮੇਰੇ ਬਿਲਕੁਲ ਦਿਮਾਗ ਦੇ ਵਿੱਚ ਫਿੱਟ ਆ। ਸਪੋਰਟ ਕਰਨੀ ਸਿੱਖੋ, ਜਦੋਂ ਤੁਸੀਂ ਕਿਸੇ ਨੂੰ ਸਪੋਰਟ ਕਰਦੇ ਹੋ, ਉਹ ਤੁਹਾਡੀ ਸਟੇਜ 'ਤੇ ਵੀ ਦਿਖਦੀ ਆ, ਉਹ ਤੁਹਾਡੀ ਸਕਰੀਨ 'ਤੇ ਵੀ ਦਿਖਦੀ ਆ, ਉਹ ਤੁਸੀਂ ਜੇ ਨੋਰਮਲ ਕਿਤੇ ਬੈਠੇ ਹੋ ਤੁਹਾਨੂੰ ਉੱਥੇ ਵੀ ਦਿਖਦੀ ਆ। ਸੋ ਵਿਸ਼ਵਾਸ, ਸਪੋਰਟ, ਉਹਦੇ ਸਪੋਰਟ 'ਤੇ ਰੱਖੋ। ਅਤੇ ਆਈ ਮੀਨ ਕਹਿੰਦਾ, ਜਿਹੜੀ ਸਪੋਰਟ ਜਿਹੜੀ ਨਿਕਲ ਕੇ ਟ੍ਰੇਲਰ ਦੇ ਵਿੱਚ ਆਈ ਹੈ, ਕੋਨਸੈਪਟ ਬਹੁਤ ਪਿਆਰਾ ਲੱਗਾ ਸਾਰਿਆਂ ਨੂੰ ਨਾ, ਕਿ ਦੋ ਕਲੈਕਸ਼ਨ ਏਜੰਟ ਨੇ। ਵੈਸੇ ਕਲੈਕਸ਼ਨ ਏਜੰਟਸ ਦੇ ਨਾਲ ਤੁਹਾਡਾ ਦੋਹਾਂ ਦਾ ਆਪਣਾ ਪਰਸਨਲੀ ਪਾਲਾ ਪਿਆ? ਨਹੀਂ, ਮੇਰਾ ਤਾਂ ਹੈਗਾ, ਕਿਉਂਕਿ ਮੈਂ ਕੰਮ ਵੀ ਕੀਤਾ ਹੋਇਆ। ਅੱਛਾ, ਹਾਂ, ਓਕੇ। ਅਤੇ ਜਿਹੜਾ ਉਹਦੇ, ਮੈਂ ਕਹਿੰਦਾ ਬਹੁਤ ਹੈਲਪ ਕੀਤੀ ਹੋਈ ਫਿਰ। ਨਹੀਂ, ਇਹ ਦੇਖੋ, ਜਿਹੜੀ ਰਿਕਵਰੀ ਆ ਨਾ, ਕਦੀ ਵੀ ਪੈਸੇ ਜਦੋਂ ਆਪਾਂ ਕਿਸੇ ਤੋਂ ਲੈਣੇ ਹੁੰਦੇ ਨੇ, ਤਾਂ ਉਹ ਇਹ ਨਹੀਂ ਵੀ ਤੁਸੀਂ ਜਾਓ ਔਰ ਤੁਹਾਨੂੰ ਮਿਲ ਜਾਣ। ਹਰ ਇੱਕ ਚੀਜ਼ ਦਾ ਇੱਕ ਤਰੀਕਾ, ਇੱਕ ਸਟਾਈਲ ਆ। ਅੱਜ ਜਦੋਂ ਵੀ ਅਸੀਂ, ਪਹਿਲਾਂ ਵੀ ਜਦੋਂ ਅਸੀਂ ਰਿਕਵਰੀ ਦਾ ਕੰਮ ਕਰਦੇ ਸੀਗੇ, ਤਾਂ ਰਿਕਵਰੀ ਹਮੇਸ਼ਾ ਧੱਕੇ ਵਾਲਾ ਕੰਮ ਆ ਵੀ, ਮਤਲਬ ਤੁਸੀਂ ਬੰਦੇ ਨਾਲ ਬਹਿਸ ਰਹੇ ਹੋ, ਕਰ ਰਹੇ ਹੋ, ਗਾਲਾਂ ਕੱਢ ਰਹੇ ਹੋ, ਪੁੱਛ ਰਹੇ ਹੋ, ਦੱਸ ਰਹੇ ਹੋ, ਤੁਹਾਨੂੰ ਚਾਰ ਕਹਿ ਰਿਹਾ, ਤੁਸੀਂ ਪੰਜ ਉਹਨੂੰ ਸੁਣਾ ਰਹੇ ਹੋ। ਸੋ ਇਹ ਚੀਜ਼ਾਂ ਮਤਲਬ ਚੱਲਦੀਆਂ ਨੇ, ਅਤੇ ਇਹਨੂੰ ਅਡੈਪਟ ਕਰਨਾ ਬਹੁਤਾ ਔਖਾ ਨਹੀਂ ਲੱਗਿਆ ਮੈਨੂੰ, ਕਿਉਂਕਿ ਲਾਈਫ ਦੇ ਵਿੱਚ ਘੱਟ ਸਮਾਂ ਵੀ ਕੀ ਕਹਾਂ ਮੈਂ, ਮਤਲਬ ਆਪਣੀ ਜਰਨੀ 'ਚ ਮੈਂ ਗੱਲ ਕਰਾਂ, 10th ਤੋਂ ਬਾਅਦ ਵੀ, 10th ਜਦੋਂ ਮੈਂ ਕੰਪਲੀਟ ਕੀਤੀ, ਉਹਦੇ ਤੋਂ ਬਾਅਦ ਮੈਨੂੰ ਐਂ ਲੱਗਿਆ ਵੀ ਹਾਂ ਯਾਰ, ਮੈਨੂੰ ਆਪਣਾ ਕੁਛ ਨਾ ਕੁਛ ਹੁਣ ਕਰਨਾ ਚਾਹੀਦਾ, ਕਿਉਂਕਿ ਮੈਂ ਆਪਣੇ ਇੱਕ ਗੋਲ ਤੱਕ ਪਹੁੰਚਣਾ ਵਾ। ਜੇ ਮੈਂ ਇੱਦਾਂ ਹੀ ਰਿਹਾ ਤਾਂ ਮੈਂ ਆਪਣੇ ਗੋਲ ਤੱਕ ਨਹੀਂ ਪਹੁੰਚ ਸਕਦਾ, ਕਿਉਂਕਿ ਸਪੋਰਟ ਇੰਨੀ ਜ਼ਿਆਦਾ ਨਹੀਂ ਸੀਗੀ। ਉਸ 5-7 ਸਾਲਾਂ ਦੇ ਵਿੱਚ ਮੈਂ ਇੰਨੇ ਕੁ ਕੰਮ ਨੂੰ, ਮਤਲਬ ਇੱਕ ਫੇਸ ਦੇਖ ਚੁੱਕਾ, ਇੰਨੀ ਸੋਸਾਇਟੀ ਦਾ ਨੂੰ ਦੇਖ ਚੁੱਕਾ, ਜਿਹੜੇ ਬਹੁਤ ਸਾਰੇ ਚਿਹਰੇ ਨੇ ਜੋ ਨਾਲ ਸੀ, ਬਦਲੇ, ਫਿਰ ਨਾਲ ਸੀ, ਫਿਰ ਬਦਲੇ,
ਰਿਕਵਰੀ ਏਜੰਟ ਕਹਿ ਲਓ ਜਾਂ ਤੁਸੀਂ ਇੱਕ ਬਾਊਂਸਰ ਦੀ ਕਹਿ ਲਓ ਜਾਂ ਤੁਸੀਂ ਇੱਕ ਕੋਰਸ ਦੀ ਕਹਿ ਲਓ ਵੀ ਇੱਕ ਕੋਰਸ ਇੱਕ ਬੈਕ ਵੋਕਲਿਸਟ ਉਹ ਵੀ ਪਤਾ ਸਾਰਾ ਕੁਛ ਮੈਂ ਕਰ ਚੁੱਕਾ ਸੋ ਮੈਨੂੰ ਨਹੀਂ ਲੱਗਦਾ ਕੁਛ ਹੁਣ ਜ਼ਿੰਦਗੀ ਨੇ ਹੋਰ ਕੁਛ ਕਰਾਉਣਾ ਹੁਣ ਜੋ ਕੁਛ ਕਰਾਉਣਾ ਉਹ ਮੈਨੂੰ ਅੱਗੇ ਵਧਾਉਣ ਲਈ ਕਰਾਊਗੀ ਜਦੋਂ ਵੀ ਕੁਛ ਕਰਾਊਗੀ ਜੀ ਬਣਾਉਣਾ ਸੀ ਮੈਂ ਅਤੇ ਨਿੰਜਾ ਮੇਰਾ ਗੱਲ ਕਰ ਰਹੇ ਸੀ ਮੈਂ ਕਿਹਾ ਆਪਾਂ ਨਾ ਕਿਸ ਦਿਨ ਬੈਠਾਂਗੇ ਕਹਿੰਦੇ ਆਪਾਂ ਮੈਨੂੰ ਨਾ ਬਾਬਾ ਨਾ ਬਣਾ ਦਿਓ ਹੈ ਨਾ ਨਿੰਜਾ ਮੇਰੀ ਫੀਲ ਆਉਂਦੀ ਹੈ ਨਾ ਕਦੇ ਕਦੇ ਨਿੰਜਾ ਨਾ ਅੱਜ ਕੱਲ੍ਹ ਗੱਲਾਂ ਦੇ ਵਿੱਚ ਡੀਪ ਬਹੁਤ ਜਾਣ ਲੱਗ ਗਏ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਇਹੀ ਕਰਦੇ ਆ ਨਹੀਂ ਮੈਂ ਬਹੁਤਾ ਇੰਟਰੈਕਟ ਇਹਨਾਂ ਨਾਲ ਕੀਤਾ ਨਹੀਂ ਸੀਗਾ ਐਕਚੁਅਲੀ ਸੈੱਟ 'ਤੇ ਕਿਉਂਕਿ ਕਿੰਨਾ ਕੁ ਡੀਪ ਦੇਖ ਲਏ ਉੱਤਰ ਜਾਂਦਾ ਯਾਰ ਮੈਂ ਕਿਹੜਾ ਖੂਹ 'ਚ ਉੱਤਰਨਾ ਹੱਦ ਹੋ ਗਈ ਤੁਹਾਡੇ ਵਾਲੀ ਨਹੀਂ ਇੰਨਾ ਕਿ ਨਹੀਂ ਨਹੀਂ ਮੈਂ ਕਹਿੰਦਾ ਕਿ ਨਹੀਂ ਨਹੀਂ ਡੀਪ ਪਤਾ ਕਿਸ ਤਰ੍ਹਾਂ ਦੇ ਨਾਲ ਕਿ ਤੁਹਾਡੇ ਕੋਲ ਹਰ ਚੀਜ਼ ਦਾ ਕਨੈਕਸ਼ਨ ਹੈ ਕਿਉਂਕਿ ਉਹੀ ਕਹਿੰਦੇ ਨਾ ਜ਼ਿੰਦਗੀ ਜਦ ਜੀ ਹੁੰਦੀ ਹੈ ਨਾ ਬੰਦੇ ਨੇ ਬਹੁਤ ਵੱਖ ਵੱਖ ਚੀਜ਼ਾਂ ਦੇਖੀਆਂ ਹੁੰਦੀਆਂ ਜਦ ਵੀ ਮੈਂ ਕੋਈ ਸਵਾਲ ਪੁੱਛਦਾ ਤੁਸੀਂ ਕਿਸੇ ਚੀਜ਼ ਨਾਲ ਕਨੈਕਟ ਕਰਕੇ ਦੱਸ ਦਿਓ ਉਹੀ ਚੀਜ਼ ਉਹ ਡੈਪਥ ਹੁੰਦੀ ਆ ਮੈਂ ਕੁਛ ਨਾ ਨੈਗੇਟਿਵ ਨਹੀਂ ਕਹਿ ਰਿਹਾ ਔਰ ਨਹੀਂ 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 ਨੈਗੇਟਿਵ ਵਾਲੀ ਗੱਲ ਨਹੀਂ ਕਿਉਂਕਿ ਕਈ ਵਾਰ ਪਤਾ ਕਿ ਆਪਣੇ ਆਪ ਨੂੰ ਐਂ ਲੱਗਦਾ ਵਾ ਵੀ ਯਾਰ ਨਹੀਂ ਸ਼ਾਇਦ ਦੇਖਣ ਵਾਲਾ ਵੀ ਮਹਿਸੂਸ ਕਰ ਵੀ ਸਾਰੇ ਮਹਿਸੂਸ ਕਰਦੇ ਹੋਣ ਵੀ ਹਾਂ ਯਾਰ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਜੁੜਦੀ ਆ ਪਰ ਮੈਨੂੰ ਸਮੇਂ ਨੇ ਔਰ ਇਸ ਟਾਈਮ ਨੇ ਇੰਨਾ ਕੁ ਜ਼ਿਆਦਾ ਮਤਲਬ ਸਮੇਂ ਜੇ ਆਪਾਂ ਕਹਿ ਸਕਦੇ ਵੀ ਧੁੱਪ 'ਚ ਰੜਿਆ ਵਾ ਜੇ ਉਹ ਚੀਜ਼ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਨਾ ਹੁੰਦੀ ਤਾਂ ਸ਼ਾਇਦ ਮੇਰੇ ਕੋਲ ਨਾ ਤਾਂ ਤੁਹਾਡੇ ਕਿਸੇ ਗੱਲ ਦਾ ਕੋਈ ਜਵਾਬ ਹੁੰਦਾ ਔਰ ਨਾ ਮੈਂ ਕਦੀ ਕਿਸੇ ਚੀਜ਼ ਦੇ ਮੁਕਾਮ ਤੱਕ ਪਹੁੰਚ ਸਕਦਾ ਬਟ ਇਹ ਮੁਕਾਮ ਜਿਹੜਾ ਹੈਗਾ ਬਹੁਤ ਬਹੁਤ ਖੂਬਸੂਰਤ ਹੈ ਅਤੇ ਮੈਂ ਇਹ ਕਹਿ ਸਕਦਾ ਕਿ ਇਸੇ ਸਦਕਾ ਹੈ ਕਿ ਹਾਲੇ ਫਿਲਮਾਂ ਰਿਲੀਜ਼ ਨਹੀਂ ਹੋਈਆਂ ਬਹੁਤ ਸਾਰੀਆਂ ਫਿਲਮਾਂ ਤੁਹਾਡੀਆਂ ਰਿਲੀਜ਼ ਤਾਂ ਆਲਰੇਡੀ ਹੈਗੀਆਂ ਨੇ ਹੈ ਨਾ ਅਤੇ ਬਟ ਅਗਰ ਮੈਂ ਪਰਟੀਕੁਲਰਲੀ ਅੜਮ ਮੁਟਿਆਰਾਂ ਦੀ ਗੱਲ ਕਰਾਂ ਕੁੜੀਆਂ ਲੀਡ ਕਰ ਰਹੀਆਂ ਨੇ ਇਸ ਵਾਰ ਫਿਲਮ ਨੂੰ ਹੈ ਨਾ ਬਟ ਫਿਰ ਵੀ ਨਾ ਜਿਸ ਤਰ੍ਹਾਂ ਨਾਲ ਮਜ਼ਾ ਆ ਰਿਹਾ ਟ੍ਰੇਲਰ ਦੇਖ ਕੇ ਕਿਆ ਜਦ ਤੁਸੀਂ ਫਿਲਮਿੰਗ ਕਰ ਰਹੇ ਸੀਗੇ ਜਾਂ ਫਿਰ ਜਦ ਸਕ੍ਰਿਪਟ ਸਾਹਮਣੇ ਆਈ ਸੀ ਤੁਹਾਨੂੰ ਪਤਾ ਸੀ ਯਾਰ ਇਹ ਇੰਨਾ ਫਨ ਐਕਚੁਅਲੀ ਹੋਣ ਵਾਲਾ ਹੈ ਮੈਨੂੰ ਤਾਂ ਦੇਖੋ ਜਦੋਂ ਪਹਿਲਾ ਮੌਕਾ ਮਿਲਿਆ ਮੂਵੀ 'ਚ ਆਉਣ ਦਾ ਤਾਂ ਮੈਨੂੰ ਤਾਂ ਇਹੀ ਬਹੁਤ ਵੱਡੀ ਗੱਲ ਆ ਇੰਨਾ ਕੁਛ ਤਾਂ ਮੈਂ ਸੋਚਿਆ ਹੀ ਨਹੀਂ ਮੈਨੂੰ ਤਾਂ ਸਿਰਫ ਇਹਦਾ ਜਿਹੜਾ ਪ੍ਰੋਸੈਸ ਹੈ ਸਾਰਾ ਉਹੀ ਇੰਨਾ ਐਕਸਾਈਟਿੰਗ ਲੱਗਦਾ ਸੀ ਕਿ ਮੈਨੂੰ ਪਤਾ ਸੀ ਮੈਨੂੰ ਮਜ਼ਾ ਆਉਣ ਵਾਲਾ ਹੈ ਕਿਉਂਕਿ ਤੁਹਾਡਾ ਜੋ ਡ੍ਰੀਮ ਟਰੂ ਹੋਇਆ ਹੋਵੇ ਹੋਰ ਕੁਛ ਨਹੀਂ ਚਾਹੀਦਾ ਹੁੰਦਾ ਮੈਂ ਇੰਨਾ ਸੋਚ ਕੇ ਇੰਨੀ ਉਹ 'ਚ ਨਹੀਂ ਸੀਗਾ ਗਿਆ ਕਿ ਵੀ ਇੱਦਾਂ ਕਰੂੰ ਉੱਥੇ ਐਂ ਕਰੂੰ ਮੈਂ ਤਾਂ ਸਿਰਫ ਸਿੱਖ ਕੇ ਹੀ ਨਿਕਲਿਆ ਉੱਥੋਂ ਬਾਹਰ ਜੇ ਕੀ ਐਕਚੁਅਲੀ ਫਨ ਹੋਣ ਵਾਲਾ ਦੋ ਕੁੜੀਆਂ ਸਟਰੋਂਗ ਕੈਰੈਕਟਰਸ ਫਨ ਇੱਕ ਅੜਬ ਹੈਗੀ ਹੈ ਪੂਰੀ ਜਦੋਂ ਮੈਂ ਮਾਨਵ ਭਾਈ ਦੀ ਲਈ ਸੀਗੀ ਨਰੇਸ਼ਨ ਲਈ ਸੀ ਸਾਰੀ ਸਕ੍ਰਿਪਟ ਦੀ ਤਾਂ ਮੈਨੂੰ ਇੱਕ ਚੀਜ਼ ਬਿਲਕੁਲ ਕਲੀਅਰ ਸੀਗੀ ਪਹਿਲੇ ਦਿਨ ਤੋਂ ਵੀ ਇੱਥੇ ਜਿਹੜਾ ਜਿਵੇਂ ਇੱਕ ਗੱਲ ਕਰਦੇ ਹਾਂ ਵੀ ਇੱਥੇ ਜਿਹੜੀ ਚੀਜ਼ ਆ ਨਾ ਇੱਥੇ ਪਿੱਛੇ ਰਹਿ ਕੇ ਬਹੁਤ ਕੁਛ ਕਰਨ ਵਾਲਾ ਕੰਮ ਆ ਕਿਉਂਕਿ ਇਹਦੇ ਵਿੱਚ ਸੋਨਮ ਦਾ ਇੱਕ ਇਹੋ ਜਿਹਾ ਕਰੈਕਟਰ ਸੀਗਾ ਜੋ ਅਸੀਂ ਕਦੀ ਵੀ ਚਾਹ ਕੇ ਵੀ ਉਸ ਲੈਵਲ 'ਤੇ ਨਹੀਂ ਪਰਫੋਰਮ ਕਰ ਸਕਦੇ ਸੀ ਇਹ ਚੀਜ਼ ਬਿਲਕੁਲ ਕਲੀਅਰ ਸੀ ਪਹਿਲੇ ਦਿਨ ਤੋਂ ਵੀ ਸੋਨਮ ਨੇ ਜਿਹੜਾ ਕਰੈਕਟਰ ਕੀਤਾ ਉਹ ਵਨ ਆਫ ਦਾ ਬੈਸਟ ਕਰੈਕਟਰ ਸੀਗਾ ਔਰ ਜਿਸ ਤਰੀਕੇ ਨਾਲ ਜਿਸ ਬੋਲਡਨੈਸ ਨਾਲ ਉਹ ਆਏ ਨੇ ਜਿੱਦਾਂ ਮਤਲਬ ਪ੍ਰੋਪਰ ਇੱਕ ਜਿਵੇਂ ਜਿਹੜਾ ਉਹ ਮਾਰ ਰਹੇ ਨੇ ਕੁੜੀ ਆ ਵੀ ਡਾਂਗ ਮਾਰ ਰਹੀ ਆ ਸਿੱਟ ਰਹੀ ਆ ਔਰ ਇੱਕ ਮੁੰਡਾ ਨਾਲ ਹੀ ਉਸੇ ਇੱਕ ਇਹੋ ਜਿਹੀ ਡੈਸਟਨੀ ਹੁੰਦੀ ਆ ਉਹਦੀ ਕੰਪਨੀ 'ਚ ਉਹੀ ਕੁੜੀ ਜਿਹਨੇ ਜਿਹੜਾ ਉਹ ਮੁੰਡੇ ਦਾ ਕਟਾਪਾ ਕਰਕੇ ਦੇਖ ਕੇ ਆਉਂਦਾ ਹੁੰਦਾ ਰਾਹ 'ਚ ਉਹੀ ਉਹਦੀ ਕੰਪਨੀ 'ਚ ਆ ਜਾਂਦੀ ਆ ਅਤੇ ਉਹ ਜਿਹੜਾ ਮਸਾਲਾ ਵਾ ਉਹਦਾ ਸਵਾਦ ਆ ਬੇਸਿਕਲੀ ਰੀਅਲ ਲਾਈਫ ਦੇ ਵਿੱਚ ਹੋਇਆ ਕਿ ਲਾਈਕ ਤੁਸੀਂ ਦੇਖਿਆ ਹੋਵੇ ਕੁੜੀ ਕਟਾਪਾ ਚੜ੍ਹ ਰਹੀ ਹੈ ਕਿਸੇ ਮੁੰਡੇ ਦਾ ਦੇਖੋ ਦੋਸਤ ਇੱਕ ਅੱਧੇ ਹੋਣਗੇ ਜਿਹਦਾ ਚੜਿਆ ਹੋਊਗਾ ਮੈਨੂੰ ਐਂ ਲੱਗਦਾ ਨਹੀਂ ਯਾਰ ਇੱਕ ਅੱਧਾ ਇੱਦਾਂ ਨਹੀਂ ਯਾਰ ਦੇਖੋ ਨਹੀਂ ਬਟ ਯੂ ਹੈਵ ਵੈਰਾਇਟੀ ਆਫ ਪੀਪਲ ਯੂ ਨੋ ਦੈਟ ਇਹ ਚੀਜ਼ ਹੈਗੀ ਆ ਪਰ ਮੈਂ ਜਿੰਨੇ ਵੀ ਜਾਣੇ ਮੇਰੇ ਨਾਲ ਜਾਂ ਮੈਂ ਜਿਹਨਾਂ ਨਾਲ ਵੀ ਜ਼ਿਆਦਾ ਰਿਹਾ ਵਾਂ ਕਿਉਂਕਿ ਇੱਕ ਚੀਜ਼ ਆ ਕੁੜੀਆਂ ਦੀ ਰਿਸਪੈਕਟ ਕਰਨੀ ਤੁਹਾਨੂੰ ਉਦੋਂ ਜ਼ਿਆਦਾ ਆਉਣੀ ਹੁੰਦੀ ਆ ਜਦੋਂ ਤੁਹਾਡੇ ਘਰ ਆਪਣੇ ਭੈਣ ਹੁੰਦੀ ਆ ਅਤੇ ਮੇਰਾ ਜਿੰਨਾ ਵੀ ਸਰਕਲ ਰਿਹਾ ਵਾ ਸਾਰਿਆਂ ਦੇ ਘਰ ਆਪਣੀ ਇੱਕ ਸਿਸਟਰ ਹੈ ਚਾਹੇ ਉਹਨਾਂ ਦੀ ਆ ਚਾਹੇ ਮੇਰੀ ਆ ਸਾਡੇ 'ਚ ਕੋਈ ਫਰਕ ਨਹੀਂ ਹੈਗਾ ਸੋ ਸਾਨੂੰ ਕਦੀ ਇੰਨਾ ਲੋੜ ਹੀ ਨਹੀਂ ਪਈ ਵੀ ਅਸੀਂ ਕਿਸੇ ਨਾਲ ਇੰਨੀ ਬਦਤਮੀਜ਼ੀ ਦੇ ਤਰੀਕੇ ਨਾਲ ਉਤਰੀਏ ਨਹੀਂ ਮੈਂ ਆਪਣੀ ਇਹ ਚੀਜ਼ ਕਿਤੇ ਨਾ ਕਿਤੇ ਮੈਂ ਇੱਕ ਪਰਸੈਂਟ ਇੱਕ ਤਾਂ ਦੇਖੀ ਸੀਗੀ ਵੀ ਕਿਸੇ ਵਿਆਹ 'ਤੇ ਕੋਈ ਸੀਨ ਹੋਇਆ ਸੀਗਾ ਅਤੇ ਮੈਂ ਉਸ ਵਿਆਹ ਨੂੰ ਅਟੈਂਡ ਕਰਨ ਗਿਆ ਸੀਗਾ ਉੱਥੇ ਕੋਈ ਨਾ ਕੋਈ ਹੋਇਆ ਸੀਗਾ ਚੱਕਰ 'ਤੇ ਕਿਤੇ ਉਹਨਾਂ ਨੇ ਕੁਛ ਕਿਤੇ ਖਹਿ ਬੈਠੇ ਪਤਾ ਨਹੀਂ ਭੀੜ ਸੀਗੀ ਜ਼ਿਆਦਾ ਅਤੇ ਉਹ ਕਿਤੇ ਮੋਢਾ ਮੋਢਾ ਵੱਜਿਆ ਅਤੇ ਉਹ ਕੁੜੀ ਫਿਰ ਹੋ ਗਈ ਸਿੱਧੀ ਹੋਈ ਉਹ ਤੂੰ ਤੂੰ ਤੋਂ ਮਾਂ ਭੈਣ 'ਤੇ ਹੋ ਗਈ ਸਿੱਧਾ ਮਤਲਬ ਲਿਟਰਲੀ ਦੇਖਿਆ ਅਤੇ ਉਹ ਚੀਜ਼ ਦੇਖੋ ਅੱਜ ਦੇ ਟਾਈਮ ਦੇ ਵਿੱਚ ਯਾਰ ਜੇ ਕੁੜੀਆਂ ਜੱਜ ਬਣ ਸਕਦੀਆਂ ਨੇ ਇੱਕ ਸਾਇੰਟਿਸਟ ਬਣ ਸਕਦੀਆਂ ਨੇ ਇੱਕ ਇਹੋ ਜਿਹੇ ਮੁਕਾਮ 'ਤੇ ਪਹੁੰਚ ਸਕਦੇ ਨੇ ਜੋ ਕਦੀ ਮੁੰਡੇ ਸੋਚ ਵੀ ਨਹੀਂ ਸਕਦੇ ਉਹ ਮੁਕਾਮ ਪਤਾ ਕਿਹੜਾ ਆਪਣੇ ਮਾਂ ਪਿਓ ਦੀ ਦਿਲ ਰਿਸਪੈਕਟ ਕਰਨੀ ਔਰ ਉਹਨਾਂ ਨੂੰ ਸਪੋਰਟ ਕਰਨਾ ਚਾਹੇ ਉਹ ਬੁਢਾਪੇ 'ਚ ਨੇ ਚਾਹੇ ਉਹ ਜਵਾਨ ਨੇ ਚਾਹੇ ਉਹ ਬੱਚੇ ਨੇ ਅਤੇ
ਜੇ ਕੁੜੀਆਂ ਇਹ ਚੀਜ਼ਾਂ ਸਭ ਤੋਂ ਪਹਿਲਾਂ ਸੰਭਾਲ ਸਕਦੀਆਂ ਨਾ ਤਾਂ ਦੇਸ਼ ਤਾਂ ਦੇਸ਼ ਕੀ ਜਾਂ ਸੁਸਾਇਟੀ ਕੀ ਚਲਾਉਣੀ ਸੌਖੀ ਨਹੀਂ ਹੁੰਦੀ, ਕਿੰਨਾ ਔਖਾ ਨਹੀਂ ਹੈਗਾ। ਯਾਨੀ ਕਿ ਅੜ ਮੁਟਿਆਰਾਂ ਦੀ ਜਿਹੜੀ ਨਾ ਦਿਲੋਂ ਵੈਸੇ ਵੀ ਸਪੋਰਟ ਹੈ, ਇੱਕ ਸਪੋਰਟ ਹੈਗੀ ਆ, ਇੱਕ ਸਪੋਰਟ ਹੈਗੀ ਆ। ਇਹਦਾ ਰੀਜ਼ਨ ਇਹ ਨਹੀਂ ਕਿ ਅਸੀਂ ਫਿਲਮ ਕਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਜੀ ਗਰਲ ਪਾਵਰ ਨਹੀਂ ਯਾਰ, ਕੁੜੀਆਂ ਦੀ ਰਿਸਪੈਕਟ ਕਰਨੀ ਉਨੀ। ਮੈਂ ਮੇਰਾ ਮੰਨਣਾ ਵਾ ਯਾਰ ਵੀ ਮੇਰੀ ਜ਼ਿੰਦਗੀ ਦੇ ਵਿੱਚ ਹਰ ਜਿੰਨੀਆਂ ਵੀ ਮਤਲਬ ਮੇਰੀ ਚਾਹੇ ਮੋਮ ਨੇ ਚਾਹੇ ਮੇਰੀ ਸਿਸਟਰ ਨੇ, ਉਹਨਾਂ ਦੇ ਲੱਕ ਨੇ ਮੈਨੂੰ ਬਹੁਤ ਸਪੋਰਟ ਦਿੱਤਾ। ਅਤੇ ਯਾਰ ਮੈਂ ਫਿਰ ਕਿੱਦਾਂ ਆਪਣੇ ਜ਼ੁਬਾਨ ਤੋਂ ਉਹਨਾਂ ਨੂੰ ਮਾੜਾ ਕਹਿ ਸਕਦਾ ਜਿਹਨੂੰ ਅਸੀਂ ਪੂਜਦੇ ਹਾਂ, ਔਰ ਜਿਹੋ ਜਿਹੀ ਫੈਮਿਲੀਜ਼ ਨੂੰ ਅਸੀਂ ਬਿਲੋਂਗ ਕਰਦੇ ਹਾਂ। ਸਾਡੇ ਤਾਂ ਵੈਸੇ ਵੀ ਕੁੜੀਆਂ ਨੂੰ ਦੇਵੀ ਮੰਨਿਆ ਜਾਂਦਾ, ਕੰਜਕਾਂ ਕਹਿੰਦੇ ਹਾਂ ਅਸੀਂ, ਕੰਜਕਾਂ ਪੂਜਦੇ ਹਾਂ, ਨਰਾਤੇ ਰੱਖਦੇ ਹਾਂ, ਅਤੇ ਮੈਨੂੰ ਨਹੀਂ ਲੱਗਦਾ ਜਾਂ ਤੁਸੀਂ ਉਹਨਾਂ ਦੀ ਡਿਸਰਿਸਪੈਕਟ ਕਰ ਸਕਦੇ ਹੋ। ਅਤੇ ਜੇ ਆਪਾਂ ਸਾਲ ਦੇ ਵਿੱਚ ਉਹਨਾਂ ਨੂੰ ਪੂਜਣ ਤੋਂ ਬਾਅਦ ਕੁੜੀਆਂ ਨੂੰ ਗਾਲਾਂ ਹੀ ਕੱਢਣੀਆਂ ਜਾਂ ਬੋਲਣੀਆਂ, ਫਿਰ ਆਪਣਾ ਉਹ ਕੰਮ ਕਰਨ ਦਾ ਕੋਈ ਫਾਇਦਾ ਹੈ ਨਹੀਂ। ਅਤੇ ਜੇ ਕੋਈ ਇਹੋ ਜਿਹਾ ਕਰਦਾ ਹੈ ਤਾਂ ਅੜਬ ਮੁਟਿਆਰਾਂ ਨਾਲ ਕਹਿੰਦਾ ਨਾ ਆਪਣੇ ਆਪ ਹੀ ਉਲਝ ਕੇ, ਉਹਨਾਂ ਨੇ ਅੜਬ ਮੁਟਿਆਰਾਂ ਨੇ ਤਾਂ ਕੀ ਨਿਬੜਨਾ, ਫਿਰ ਪਰਮਾਤਮਾ ਬੈਠਾ, ਫਿਰ ਰੱਬ ਬੈਠਾ ਉਸ ਚੀਜ਼ ਉਹਦੇ ਕਿਤੇ ਨਾ ਕਿਤੇ ਦਰਸ਼ਕ ਫਰਕ ਪੈਂਦਾ ਹੀ। ਇਸ ਫਿਲਮ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਦਰਸ਼ਕ ਕੀ ਲੈ ਕੇ ਨਿਕਲਣਗੇ ਬਾਅਦ? ਐਂਟਰਟੇਨਮੈਂਟ ਤਾਂ ਆਈ ਐਮ ਸ਼ੋਰ ਹੈਗਾ, ਕੁਛ ਮੈਸੇਜ ਹੈ ਜਾਂ ਫਿਰ ਲਾਈਕ ਇੱਕ ਸਮਾਈਲ ਥਰੂ ਆਊਟ ਆਏਗੀ ਅਤੇ ਕਿਰਦਾਰਾਂ ਦੀ ਡਿਸਕਸ਼ਨ ਹੋਏ। ਮੈਨੂੰ ਐਂ ਲੱਗਦਾ ਵੀ ਜਿਸ ਬੰਦ ਜਿਨ੍ਹਾਂ ਨੇ ਵੀ ਇਹਦੇ ਵਿੱਚ ਕੰਮ ਕੀਤਾ ਨਾ, ਉਹਨਾਂ ਨੂੰ ਇੱਕ ਐਪਰੀਸੀਏਸ਼ਨ ਮਿਲਣੀ ਮਿਲਣੀ ਹੈ, ਕਿਉਂਕਿ ਟ੍ਰੇਲਰ ਦੇ ਵਿੱਚ ਸਾਡੇ ਕੋਲ ਬਹੁਤ ਘੱਟ ਟਾਈਮ ਹੁੰਦਾ ਵੀ ਹਰ ਇੱਕ ਚੀਜ਼ ਨੂੰ ਅਸੀਂ ਨਹੀਂ ਨਾਲ ਕੈਰੀ ਕਰ ਸਕਦੇ, ਪਰ ਟ੍ਰੇਲਰ ਟ੍ਰੇਲਰ ਹੁੰਦਾ, ਫਿਲਮ ਫਿਲਮ ਹੁੰਦੀ ਆ। ਉਸ ਉਹਨਾਂ ਨੇ ਵੀ ਕਿਹਾ ਕਹਿੰਦੇ ਪਿਕਚਰ ਵੀ, ਹਾਂ, ਅਤੇ ਉਹ ਫਿਲਮ ਫਿਲਮ ਹੁੰਦੀ ਹੈ ਅਤੇ ਫਿਲਮ ਦੇ ਵਿੱਚ ਸਪੋਰਟ 100% ਸਾਨੂੰ ਮਿਲੂਗੀ ਇਹ ਮੂਵੀ ਦਾ, ਰੱਬ ਸੁੱਖ ਰੱਖੇ। ਅਸੀਂ ਉਮੀਦ ਕਰਦੇ ਹਾਂ ਕਿ ਦਰਸ਼ਕ ਤੁਹਾਡੀ ਫਿਲਮ ਨੂੰ ਬਹੁਤ ਪਸੰਦ ਕਰਨ, ਅਤੇ ਅੜਬ ਮੁਟਿਆਰਾਂ ਤੋਂ ਬਾਅਦ ਵੀ ਹੁਣ ਆਪਣੀ ਮੁਲਾਕਾਤ ਹੋਣੀ ਹੈ, ਜ਼ਿੰਦਗੀ ਜ਼ਿੰਦਾਬਾਦ ਆਉਣ ਬਾਅਦ ਫਿਰ ਮਤਲਬ 18 ਤੋਂ ਬਾਅਦ ਮੈਂ ਤੁਹਾਨੂੰ ਦੱਸ ਦੇਣਾ ਆਪਾਂ 1-2 ਤਰੀਕ ਨੂੰ ਦੁਬਾਰਾ ਮਿਲ ਰਹੇ ਹਾਂ, 1-2 ਨਵੰਬਰ ਨੂੰ ਮਿਲ ਰਹੇ ਹਾਂ, ਜ਼ਿੰਦਗੀ ਜ਼ਿੰਦਾਬਾਦ ਲੈ ਕੇ ਆ ਰਹੇ ਹਾਂ। ਅਤੇ ਇਹ ਬਸ ਪਰਮਾਤਮਾ ਸੁੱਖ ਰੱਖੇ ਯਾਰ, ਜਿਹੜੀ ਨੇੜੀ ਨੀਤ ਨਾਲ ਮੈਂ ਫਿਲਮਾਂ ਬਣਾਈਆਂ ਨੇ ਜਾਂ ਜਿਹੜੀ ਸੋਚ ਨਾਲ ਫਿਲਮਾਂ ਬਣਾਈਆਂ ਨੇ, ਇਹ ਉਹਦਾ ਰਿਜ਼ਲਟ ਆ ਜਿਹੜਾ ਉਹ ਤੁਹਾਡੀ ਐਕਚੁਅਲ ਦੇ ਵਿੱਚ ਸੋਚ ਤੁਹਾਡੀ ਮੈਂਸ਼ਨ ਹੋ ਜਾਂਦੀ ਉਹਦੇ ਵਿੱਚ, ਅਤੇ ਤੁਹਾਡਾ ਤੁਸੀਂ ਕਦੀ ਵੀ ਨਹੀਂ ਰੁਕਦੇ, ਅਤੇ ਔਰ ਨਾ ਹੀ ਰੱਬ ਕਿਸੇ ਨੂੰ ਰੋਕੇ ਜਿਹਨੇ ਮਿਹਨਤ ਕੀਤੀ ਉਹਦੇ ਮਿਹਨਤ ਨੂੰ ਭਾਗ ਲੱਗੇ, ਉਹਦਾ ਬੂਟਾ ਹਰਾ ਹੋਣਾ ਹੀ ਚਾਹੀਦਾ। ਅਤੇ ਮੇਰੇ ਵੱਲੋਂ ਅਜੇ ਨੂੰ ਵੀ ਬਹੁਤ ਬਹੁਤ ਗੁੱਡ ਲੱਕ ਆ ਫਿਊਚਰ ਵਾਸਤੇ, ਫਿਊਚਰ ਵਾਸਤੇ ਉਹਦੀ ਵਜ੍ਹਾ ਹੈ ਕਿਉਂਕਿ ਇਹ ਬੰਦਾ ਜੋ ਹੈ, ਜੋ ਤੁਸੀਂ ਮਤਲਬ ਇਹਨੂੰ ਇਸ ਵੇਲੇ ਦੇਖ ਰਹੇ ਹੋ, ਇੱਕ ਓਨੈਸਟੀ ਆ, ਇੱਕ ਇਮਾਨਦਾਰੀ ਆਪਣੇ ਕੰਮ ਨੂੰ ਲੈ ਕੇ, ਔਰ ਮੈਨੂੰ ਬਹੁਤ ਚੰਗਾ ਲੱਗਿਆ, ਇਹਨੇ ਪਹਿਲਾਂ ਵੀ ਗੱਲ ਕੀਤੀ, ਕਹਿੰਦਾ ਮੈਂ ਕਦੀ ਵੀ ਜਦੋਂ ਬੰਬੇ ਆਡੀਸ਼ਨ ਦਿੱਤਾ ਮੈਂ ਕਦੀ ਇਹ ਸੋਚ ਕੇ ਨਹੀਂ ਦਿੱਤਾ ਵੀ ਮੈਂ ਕਿਸੇ ਪਰਟੀਕੁਲਰ ਚੀਜ਼ ਲਈ ਆਡੀਸ਼ਨ ਦੇਣਾ, ਮੈਨੂੰ ਕੰਮ ਚਾਹੀਦਾ, ਮੈਂ ਕੰਮ ਲਈ ਆ। ਔਰ ਮੈਂ ਉਦੋਂ ਬੋਲ ਨਹੀਂ ਸਕਿਆ ਕਿਉਂਕਿ ਉਦੋਂ ਇੰਟਰਵਿਊ ਕਰ ਰਹੇ ਸੀ, ਪਰ ਮੈਂ ਹੁਣ ਇਹ ਕਹਿੰਦਾ ਵੀ ਜਿਹੜਾ ਬੰਦਾ ਆਪਣੇ ਕੰਮ ਨਾਲ ਇੰਨਾ ਜ਼ਿਆਦਾ ਇਮਾਨਦਾਰ ਆ, ਔਰ ਉਹਨੂੰ ਉਸ ਇਮਾਨਦਾਰੀ ਉਹਦੀ ਇਮਾਨਦਾਰੀ ਉਹਨੂੰ ਇੱਕ ਦਿਨ ਲੈਜੈਂਡ ਬਣਾ ਦਿੰਦੀ ਹੁੰਦੀ ਆ। ਸੋ ਮੈਂ ਦੁਆ ਕਰੂੰਗਾ ਰੱਬ ਅੱਗੇ ਵੀ ਇਹ ਚੀਜ਼ ਸਾਡੇ ਭਰਾ ਲਈ ਜ਼ਰੂਰ ਹੋਵੇ, ਅਤੇ ਅਸੀਂ ਸਾਰੇ ਉਮੀਦ ਕਰਾਂਗੇ ਕਿ ਬਹੁਤ ਸਾਰਾ ਕੰਮ ਤੁਹਾਨੂੰ ਇਸ ਤੋਂ ਬਾਅਦ ਮਿਲੇ, ਹੈ ਨਾ, ਕਿਉਂਕਿ ਚੰਗਾ ਮਾੜਾ ਉਹ ਬਾਅਦ 'ਚ ਹੁੰਦਾ ਰਹਿੰਦਾ, ਕੰਮ ਬਹੁਤ ਸਾਰਾ ਮਿਲੇ ਤੁਹਾਨੂੰ, ਅਤੇ ਅੱਜ ਤੁਹਾਡੀ ਡਿਮਾਂਡ ਦੇ ਉੱਤੇ ਨਿੰਜਾ ਭਾਜੀ ਸੁਣਾਉਣਗੇ ਕੁਛ। ਦੇਖੋ ਜੀ ਨੰਬਰ ਕੌਸ਼ਲ ਸਾਹਿਬ, ਦੇਖੋ ਮੈਨੂੰ ਮੇਰਾ ਪਰਸਨਲ ਫੇਵਰੇਟ ਹੈ ਚੰਨਾ ਮੇਰਾ ਦਾ ਗਾਣਾ, ਟੁੱਟਦਾ ਹੀ ਜਾਵੇ। ਜਿੰਨਾ ਮੈਂ ਮਨਾਵਾਂ ਔਰ ਉਸ ਦਾ ਹੀ ਜਾਵੇ, ਹੱਸਣਾ ਮੈਂ ਚਾਹਾਂ ਉਨਾ ਓ ਰੁਵਾਵੇ, ਕਿੰਨਾ ਜ਼ਿਆਦਾ ਓਨੂੰ ਇਸ਼ਕ ਕਰਾਂ ਮੈਂ, ਦਿਲ ਮੇਰਾ ਓਨੂੰ ਕਿਵੇਂ ਸਮਝਾਵੇ, ਟੁੱਟਦਾ ਹੀ ਜਾਵੇ, ਟੁੱਟਦਾ ਹੀ ਜਾਵੇ, ਟੁੱਟੇ ਹੋਏ ਦਿਲ ਨੂੰ ਕੌਣ ਤੜਕਾਵੇ, ਇਹਨਾਂ ਦੇ ਇਸ ਗਾਣੇ ਦੇ ਨਾਲ ਨਾਲ ਇਹਨਾਂ ਦੀ ਫਿਲਮ ਦੇ ਜਿਹੜੇ ਰਿਕਾਰਡ ਹੈ ਉਹ ਵੀ ਟੁੱਟਦੇ ਜਾਣ ਹੈ। ਥੈਂਕ ਯੂ ਭਾਜੀ। ਮੈਂ ਕਿਵੇਂ ਮਤਲਬ ਚੰਨਾ ਮੇਰੇ ਨੂੰ ਭਾਜੀ, ਮੇਰਾ ਵੀ ਇੱਕ ਉਹ ਦਿਨ ਸੀਗਾ ਜਦੋਂ ਮੈਂ ਡੈਬਿਊ ਕੀਤਾ ਔਰ ਵਾਈਟ ਹਿਲ ਨਾਲ ਹੀ ਕੀਤਾ, ਔਰ ਉਹਦਾ ਉਹਦੀ ਜੇ ਗੱਲ ਅੱਜ 2016 'ਚ ਕੀਤੀ ਫਿਲਮ, ਜੇ 2019 ਦੇ ਵਿੱਚ ਵੀ ਉਹਦੇ ਗਾਣਿਆਂ ਦੀ ਜਾਂ ਉਹਦੇ ਕਿਰਦਾਰ ਦੀ ਗੱਲ ਚੱਲ ਰਹੀ ਆ, ਸੋ ਇਹਦਾ ਤਾਂ ਮਤਲਬ ਇਹ ਵੀ ਮੈਂ ਬਹੁਤ ਬਲੈਸਡ ਹਾਂ, ਮੇਰਾ ਕੰਮ ਬਹੁਤ ਪਸੰਦ ਆਇਆ, ਔਰ ਮੈਂ ਉਮੀਦ ਕਰੂੰਗਾ ਗਰੋ ਕਰ ਰਹੇ। ਥੈਂਕ ਯੂ ਸੋ ਮੱਚ। ਬਾਕੀ ਜਿਹੜੀ ਚੀਜ਼ ਤੁਸੀਂ ਸਭ ਤੋਂ ਵੱਡੀ ਗੱਲ ਉਹ ਜੋ ਅਸਲ ਹੋ, ਜੋ ਤੁਹਾਨੂੰ ਨਹੀਂ ਲੱਗਦਾ, ਮੈਂ ਇਹ ਚੀਜ਼ ਮੈਂ ਸਾਫ਼ ਕਹਿਣਾ, ਮੈਨੂੰ ਨਹੀਂ ਲੱਗਦਾ ਵੀ ਭਵਨੀਤ ਕਿਸੇ ਦੇ ਕਹਿਣ 'ਤੇ ਕਿਸੇ ਫਿਲਮ ਨੂੰ
ਕਹਿ ਸਕਦਾ ਵੀ ਇਹ ਵਧੀਆ, ਜੇ ਉਹਦੇ ਦਿਲ ਨੂੰ ਵਧੀਆ ਲੱਗੀ ਆ ਤਾਂ ਵਧੀਆ ਹੀ ਕਹੂਗਾ, ਜੇ ਨਹੀਂ ਲੱਗੀ ਤਾਂ ਸਾਫ਼ ਕਹੂਗਾ ਵੀ ਹਾਂ ਚੀਜ਼ ਯਾਰ ਇੱਦਾਂ ਹੈਗੀ ਆ। ਸੋ ਇਹੀ ਚੀਜ਼ ਮੈਂ ਤੁਹਾਡੇ ਤੋਂ ਐਕਸਪੈਕਟ ਕਰੂੰਗਾ, ਜਦੋਂ ਵੀ ਮੇਰੀ ਤੁਸੀਂ ਕੋਈ ਵੀ ਫਿਲਮ ਦੇਖ ਕੇ ਜਾਓ, ਤੁਹਾਨੂੰ ਨਾ ਚੰਗੀ ਲੱਗੇ ਉਹਦੇ 'ਚ ਜੋ ਤੁਹਾਨੂੰ ਚੰਗਾ ਨਾ ਲੱਗਿਆ ਮੈਨੂੰ ਜ਼ਰੂਰ ਦੱਸ ਕੇ ਜਾਓ, ਜੋ ਚੰਗਾ ਲੱਗਿਆ ਉਹ ਭਾਵੇਂ ਨਾ ਦੱਸਿਓ ਪਰ ਜੋ ਚੰਗਾ ਨਹੀਂ ਲੱਗਿਆ ਉਹ ਜ਼ਰੂਰ ਦੱਸਿਓ, ਤਾਂ ਕਿ ਮੈਂ ਅਗਲੀ ਵਾਰ ਕਮ ਸੇ ਕਮ ਇਸ ਇੰਨੀ ਜ਼ਿਆਦਾ ਮਤਲਬ ਆਪਣੇ ਚਾਹੁਣ ਵਾਲਿਆਂ ਦੇ ਵਿੱਚੋਂ ਕਿਸੇ ਇੱਕ ਨੂੰ ਤਾਂ ਸੈਟਿਸਫਾਈ ਕਰ ਸਕਾਂ। ਥੈਂਕ ਯੂ ਸੋ ਮਚ। ਸੈਟਿਸਫੈਕਸ਼ਨ ਦਰਸ਼ਕਾਂ ਨੂੰ ਜ਼ਰੂਰ ਹੋਏਗਾ ਕਿਉਂਕਿ ਟ੍ਰੇਲਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਫਿਲਹਾਲ 18 ਅਕਤੂਬਰ ਨੂੰ ਅਡਮ ਮੁਟਿਆਰਾ ਆ ਰਹੀ ਹੈ ਅਤੇ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਨੂੰ ਜ਼ਰੂਰ ਪਸੰਦ ਕਰਨਗੇ। ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਭਵਨੀਤ ਕੌਸ਼ਲ, ABP ਸਾਂਝਾ, ਚੰਡੀਗੜ੍ਹ।